ਪੂਰੀ ਸਾਹਿਬ ਬਲੈਕ ਮਨੀ ਦੀ ਗੱਲ ਕੀਤੀ ਸੀ ਜਿਹੜੇ ਵਿਦੇਸ਼ਾਂ ਵਿੱਚ ਕਾਲਾ ਧਨ ਹੈਗਾ ਭਾਰਤ ਦਾ ਹੈਗਾ ਵਾ ਉਹ ਕਿਉਂ ਨਹੀਂ ਵਾਪਸ ਆਇਆ ਪੋਲੀਟੀਸ਼ੀਅਨਸ ਹੀ ਹੋਏ ਜਾਂ ਵਪਾਰੀਆਂ ਦੀ ਹੋਏ ਜਾਂ ਕੋਈ ਫਰਕ ਨਹੀਂ ਪੈਂਦਾ ਜਿਹਦੇ ਕੋਲ ਵੀ ਬਲੈਕ ਮਨੀ ਅਨਅਕਾਊਂਟਡ ਫੋਰ ਹੈਗੀ ਔਰ ਬਾਹਰ ਪ੍ਰਾਪਰਟੀ ਹੈਗੀ ਉਹ ਅਟੈਚ ਹੋ ਰਹੀ ਹੈ ਜੇ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਗੁਰਦੁਆਰਾ ਸਾਹਿਬਾਂ 'ਤੇ ਵੀ ਕੁਛ ਹਮਲੇ ਹੋਏ ਮੈਂ ਕਹੂੰਗਾ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਲੈਂਦੇ ਇਸ ਚੀਜ਼ ਨੂੰ ਜਿਵੇਂ ਗਿਆਨ ਗੋਦਰੀ ਹਰਦੁਆਰ ਸਾਹਿਬ 'ਤੇ ਉਹ ਵੀ ਕਿਤੇ ਨਾ ਕਿਤੇ ਕਬਜ਼ੇ ਇਹ ਕ੍ਰਿਮੀਨਲ ਐਕਟਸ ਨੇ ਇਹ ਕ੍ਰਿਮੀਨਲ ਐਕਟਸ ਹੈਗੇ ਸਾਰੇ ਜਿਹੜੇ ਗੁਰਦੁਆਰਾ ਸਾਹਿਬ 'ਤੇ ਹਮਲੇ ਹੋਏ ਨੇ ਇਹਦੀ ਕੋਈ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ ਪੂਰੀ ਸਭ ਢਿੱਲੀ ਕਾਰਗੁਜ਼ਾਰੀ ਲੱਗਦੀ ਆ ਪਾਕਿਸਤਾਨ ਵਾਲੇ ਪਾਸੇ ਦੇਖਦੇ ਹਾਂ ਆਪਾਂ ਤਾਂ ਵੀਡੀਓ ਆਉਂਦੀਆਂ ਹੈਗੀਆਂ ਵਾਇਰਲ ਹੁੰਦੀਆਂ ਵਾ ਬੜੀ ਤੇਜ਼ੀ ਨਾਲ ਰਫ਼ਤਾਰ ਨਾਲ ਕੰਮ ਚੱਲ ਰਿਹਾ ਇਧਰਲੇ ਪਾਸਿਓਂ ਜੇ ਕਾਂਗਰਸ ਪਾਰਟੀ ਨਾਲ ਗੱਲ ਕੀਤੀ ਸੀ ਕਿਹਾ ਜਾਂਦਾ ਕਿ ਕੇਂਦਰ ਵੱਲੋਂ ਕਾਂਗਰਸ ਪਾਰਟੀ ਤਾਂ ਇਹ ਤਾਂ ਗੁਟਕਾ ਸਾਹਿਬ 'ਤੇ ਹੱਥ ਲੱਗ ਰੱਖ ਕੇ ਝੂਠ ਬੋਲ ਜਾਂਦੇ ਨੇ ਇਹਨਾਂ ਨੂੰ ਛੱਡ ਦਿਓ ਸਭ ਨੌਜਵਾਨ ਪੀੜ੍ਹੀ ਤਾਂ ਸਾਡੀ ਵਿਦੇਸ਼ਾਂ ਜਾ ਰਹੀ ਆ ਕਿਹੜੇ ਜਿਹੜਾ ਬੱਚਾ 12ਵੀਂ ਤੱਕ ਪੜ੍ਹ ਜਾਂਦਾ ਉਹ ਤਾਂ ਪੇਰੈਂਟਸ ਕੀ ਚਾਹੁੰਦੇ ਨੇ ਬੇਸ਼ੱਕ ਆਪਣੀ ਜ਼ਮੀਨ ਭੇਜਣੀ ਵੇਚਣੀ ਪਏ ਉਹਨੂੰ ਬਾਹਰ ਭੇਜ ਦਈਏ ਹਾਂ ਇਹ ਇਸ ਲਈ ਹੈ ਕਿ ਸਟੇਟ ਵਿੱਚ ਇੰਪਲੋਇਮੈਂਟ ਜਨਰੇਸ਼ਨ ਜੋ ਵੀ ਤੁਸੀਂ ਨਸ਼ੇ ਵਾਸਤੇ ਕਰੋਗੇ ਐਜੂਕੇਸ਼ਨ ਹੈਲਥ ਤੁਸੀਂ ਇਹ ਦੋ ਚੀਜ਼ਾਂ ਦੀ ਗੱਲ ਕੀਤੀ ਦੋਨੋਂ ਇੰਟਰਲਿੰਕ ਨੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਅਤੇ ਮੈਂ ਹਾਂ ਤਜਿੰਦਰ ਸਿੰਘ ਗੱਲ ਚੱਲ ਰਹੀ ਹੈਗੀ ਲੋਕ ਸਭਾ 2019 ਦੀ ਅਤੇ ਲੋਕ ਸਭਾ 2019 ਦੇ ਵਿੱਚ ਜਿੱਥੇ ਕਿ ਵੱਖੋ ਵੱਖਰੇ ਸ਼ਹਿਰਾਂ ਤੋਂ ਵੱਖੋ ਵੱਖਰੇ ਰਾਜਾਂ ਤੋਂ ਅਕਾਲ ਚੈਨਲ ਤੁਹਾਡੇ ਸਾਹਮਣੇ ਉਹਨਾਂ ਉਮੀਦਵਾਰਾਂ ਨੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਹੈਗੀਆਂ ਜਾਂ ਜਿਹੜੇ ਉਮੀਦਵਾਰ ਦੇ ਦਾਅਵੇਦਾਰ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਲੈ ਕੇ ਆਉਂਦਾ ਹੈਗਾ ਅੱਜ ਫਿਰ ਆਪਾਂ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਗੱਲ ਕਰਾਂਗੇ ਜਿੱਥੋਂ ਕਿ ਭਾਜਪਾ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਜਿਹੜੇ ਕਿ ਕੇਂਦਰੀ ਮੰਤਰੀ ਹਨ ਉਹ ਸਾਡੇ ਨਾਲ ਮੌਜੂਦ ਹਨ ਸਵਾਗਤ ਕਰਦੇ ਹਾਂ ਪਹਿਲਾਂ ਅਕਾਲ ਚੈਨਲ 'ਤੇ ਹਰਦੀਪ ਸਿੰਘ ਪੁਰੀ ਜੀ ਸਵਾਗਤ ਤੁਹਾਡਾ ਅਕਾਲ ਚੈਨਲ 'ਤੇ ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਤੋਂ ਤੁਹਾਨੂੰ ਟਿਕਟ ਦਿੱਤੀ ਗਈ ਆ ਕਿਵੇਂ ਲੱਗਦਾ ਹੈਗਾ ਮੁਕਾਬਲਾ ਜ਼ਬਰਦਸਤ ਆ ਇਸ ਟਾਈਮ ਦੇ ਉੱਤੇ ਨਹੀਂ ਮੈਨੂੰ ਤਾਂ ਮੁਕਾਬਲਾ ਜ਼ਬਰਦਸਤ ਨਹੀਂ ਲੱਗ ਰਿਹਾ ਇੰਝ ਹੈ ਕਿ ਸਾਡੀ ਸੀਟ ਜਿਹੜੀ ਸੀ ਟਿਕਟ ਥੋੜ੍ਹੀ ਲੇਟ ਅਨਾਊਂਸ ਹੋਈ ਹੈ ਬਟ ਇਹਦੇ 'ਚ ਕੋਈ ਖਾਸ ਮੁਕਾਬਲਾ ਨਹੀਂ ਹੈ ਅੰਮ੍ਰਿਤਸਰ ਦੇ ਸਾਹਮਣੇ ਕੋਈ ਮੈਂ ਸੁਣਿਆ 38 ਕੈਂਡੀਡੇਟਸ ਹੈਗੇ ਉਹਦੇ 'ਚ ਇੱਕ ਕੈਂਡੀਡੇਟ ਹੈਗਾ ਜਿਹੜਾ ਸਾਂਝਾ ਕੈਂਡੀਡੇਟ ਹੈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਉਸ ਕੈਂਡੀਡੇਟ ਉਹ ਉਸ ਪਾਰਟੀ ਦਾ ਕੈਂਡੀਡੇਟ ਹੈ ਜਿਸ ਪਾਰਟੀ ਦੀ ਦਿੱਲੀ ਵਿੱਚ ਅਗਲੇ 5 ਸਾਲ ਦੀ ਸਰਕਾਰ ਬਣੇਗੀ 2014 'ਚ ਜਦੋਂ ਅੰਮ੍ਰਿਤਸਰ ਨੇ ਕੈਪਟਨ ਸਾਹਿਬ ਨੂੰ ਜਿਤਵਾਇਆ ਕੈਪਟਨ ਸਾਹਿਬ ਨੇ ਕੋਈ ਖਾਸ ਕੰਮ ਕੀਤਾ ਨਹੀਂ ਅੰਮ੍ਰਿਤਸਰ 2 ਸਾਲ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਉਹਦੇ ਬਾਅਦ ਗੁਰਜੀਤ ਔਜਲਾ ਇਲੈਕਟ ਹੋਇਆ 2017 'ਚ ਮੈਨੂੰ ਲੱਗਦਾ ਕਿ ਅਜੇ ਵੀ ਅੰਮ੍ਰਿਤਸਰ ਦੀ ਜਨਤਾ 'ਚ ਬਹੁਤ ਅਰਮਾਨ ਹੈ ਕਿ ਉਹਨਾਂ ਨੇ 2014 'ਚ ਇੱਕ ਗਲਤੀ ਕੀਤੀ ਸੀਗੀ ਅਗਰ ਉਹ ਅਰੁਣ ਜੇਟਲੀ ਜੀ ਨੂੰ ਇਲੈਕਟ ਕਰਦੇ ਤਾਂ ਅੰਮ੍ਰਿਤਸਰ ਦੀ ਆਵਾਜ਼ ਡਾਇਰੈਕਟਲੀ ਕੈਬਨਿਟ ਦੇ ਅੰਦਰ ਵਿੱਤ ਮੰਤਰੀ ਫਾਈਨਾਂਸ ਮਿਨਿਸਟਰ ਦੇ ਥਰੂ ਰੱਖੀ ਜਾ ਸਕਦੀ ਸੀ ਪਰ ਜੋ ਵੀ ਅੰਮ੍ਰਿਤਸਰ ਨੇ ਡਿਸਾਈਡ ਕੀਤਾ ਮੈਨੂੰ ਨਹੀਂ ਲੱਗਦਾ ਕਿ ਅੰਮ੍ਰਿਤਸਰ ਦੀ ਜਨਤਾ ਇਹ ਦੁਬਾਰਾ ਇਹ ਗਲਤੀ ਕਰੇਗੀ ਕਿਉਂਕਿ ਮੈਂ ਦੂਸਰੀ ਚੀਜ਼ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਿਛਲੇ 18 ਮਹੀਨਿਆਂ ਵਿੱਚ ਜਦੋਂ ਮੈਂ ਕੇਂਦਰੀ ਮੰਤਰੀ ਮੰਡਲ 'ਚ ਆਇਆ ਤਾਂ ਮੈਨੂੰ ਸ਼ਹਿਰੀ ਵਿਕਾਸ ਦਾ ਮਹਿਕਮਾ ਦੀ ਰਿਸਪੋਂਸੀਬਿਲਿਟੀ ਦਿੱਤੀ ਗਈ ਹੈ ਅਸੀਂ ਅੰਮ੍ਰਿਤਸਰ ਵਿੱਚ ਬਹੁਤ ਕੰਮ ਕੀਤਾ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਡਿਵੈਲਪਮੈਂਟ ਹੋਈ ਹੈ 70 ਕਰੋੜ ਉਹ ਮੇਰੇ ਮੰਤਰਾਲੇ ਦੇ ਹਿਰਦੇ ਸਕੀਮ ਦੇ ਥਰੂ ਸੀਗੀ ਗੋਲਬਾਗ ਜਿਹੜਾ ਕੰਮ ਹੋਇਆ ਹੁਣ ਜਲਿਆਂਵਾਲਾ ਬਾਗ ਦੀ ਜਿਹੜੀ ਰੈਨੋਵੇਸ਼ਨ ਆ ਉਹ ਸਾਡੀ 20 ਕਰੋੜ ਦੀ ਇੱਕ ਟੈਂਡਰ ਖੁੱਲ੍ਹਿਆ ਕੁਛ ਹੀ ਦਿਨ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗਰੀਬ ਪਰਿਵਾਰਾਂ ਨੂੰ ਘਰ ਦੇਣਾ ਅੰਮ੍ਰਿਤ ਯੋਜਨਾ ਜਿਹਦੇ ਤਹਿਤ ਅਸੀਂ ਵਾਟਰ ਟੈਪ ਕਨੈਕਸ਼ਨ ਅਤੇ ਸੂਏਜ ਟ੍ਰੀਟਮੈਂਟ ਪਲਾਂਟ ਦੇ ਰਹੇ ਹਾਂ
ਸਮਾਰਟ ਸਿਟੀ ਵਾਸਤੇ ਅਸੀਂ 1600 ਕਰੋੜ ਸੈਂਕਸ਼ਨ ਕੀਤਾ, ਇਹਨਾਂ ਕੋਲ ਖਰਚਾ ਸਿਰਫ 26 ਕਰੋੜ ਹੀ ਹੋਇਆ। ਜਿਹੜਾ ਅਗਰ ਮੈਂ ਤੁਹਾਨੂੰ ਸਾਰੀਆਂ ਪ੍ਰਧਾਨ ਮੰਤਰੀ ਜੀ ਦੀਆਂ ਜਿਹੜੀਆਂ ਯੋਜਨਾਵਾਂ ਨੇ ਗਿਣਵਾਉਣੀਆਂ ਸ਼ੁਰੂ ਕਰਾਂ, ਇੱਥੇ 2 ਘੰਟੇ ਲੱਗਣਗੇ। ਆਯੁਸ਼ਮਾਨ ਭਾਰਤ, ਹਰੇਕ ਗਰੀਬ ਪਰਿਵਾਰ ਨੂੰ 5 ਲੱਖ ਰੁਪਏ ਸਾਲਾਨਾ ਦੀ ਬੀਮਾ ਯੋਜਨਾ ਮਿਲੀ ਹੈ। ਦੇਖੋ ਜੀ, ਹਾਲਤ ਇਹ ਹੈ ਕਿ ਕਾਂਗਰਸ ਦੀ ਸਰਕਾਰ ਅਤੇ ਕਾਂਗਰਸ ਦੇ ਨੇਤਾਵਾਂ ਨੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਝੂਟੀਆਂ ਕਸਮਾਂ ਖਾਧੀਆਂ ਨੇ। ਤੁਸੀਂ ਅਗਰ ਸਾਨੂੰ ਇਲੈਕਟ ਕਰ ਲਓ ਤਾਂ ਕਰਜ਼ੇ ਮਾਫ਼ ਕਰ ਦਿਆਂਗੇ, ਫੋਰਮ ਭਰ ਲਓ, ਮੋਬਾਈਲ ਦਵਾ ਦਿਆਂਗੇ, ਹਰੇਕ ਗਰੀਬ ਪਰਿਵਾਰ ਨੂੰ ਇੱਕ ਨੌਕਰੀ ਮਿਲ ਜਾਏਗੀ। ਇਹ ਚੀਜ਼ਾਂ ਹੁਣ ਸਾਰੀਆਂ ਸਾਹਮਣੇ ਆ ਰਹੀਆਂ ਨੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦਿੱਲੀ ਦੀ ਸਰਕਾਰ, ਦਿੱਲੀ ਵਿੱਚ ਸਰਕਾਰ ਮੋਦੀ ਜੀ ਦੀ ਬਣੇਗੀ ਅਤੇ 5 ਸਾਲ ਵਾਸਤੇ ਬੜੀ ਬਹੁਮਤ ਨਾਲ ਆਏਗੀ। ਪਿਛਲੇ ਚੁਣਾਵ ਵਿੱਚ ਸਾਡੀਆਂ 282 ਸੀਟਾਂ ਆਈਆਂ ਸਨ, ਹੁਣ ਇਹ 350 ਤੋਂ ਵੀ ਉੱਤੇ ਹੋਣਗੀਆਂ। ਅੰਮ੍ਰਿਤਸਰ ਦੇ ਵਿਕਾਸ ਵਾਸਤੇ ਅੰਮ੍ਰਿਤਸਰ ਦੀ ਜਨਤਾ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਕੈਂਡੀਡੇਟ ਨੂੰ ਜਿਤਵਾਏਗੀ। ਲੋਕ ਗੱਲਾਂ ਕਰਦੇ ਨੇ 2014 ਦੀਆਂ, 2014 ਵਿੱਚ ਗਰਾਊਂਡ ਰਿਐਲਿਟੀ ਅਲੱਗ ਸੀਗੀ, ਲੋਕਾਂ 'ਚ ਗੁੱਸਾ ਸੀਗਾ, ਲੋਕਾਂ 'ਚ ਕ੍ਰੋਧ ਸੀਗਾ। ਕਿਹੋ ਜਿਹਾ ਕ੍ਰੋਧ? ਕਿਉਂਕਿ ਐਂਟੀ ਇਨਕੰਬੈਂਸੀ ਸੀਗੀ, ਸਾਡੇ ਅਲਾਇੰਸ ਪਾਰਟਨਰ ਦੇ ਖਿਲਾਫ਼ ਸੀਗਾ, ਸਾਡੇ ਖਿਲਾਫ਼ ਸੀਗਾ। 2017 ਤੱਕ ਇੱਕ ਕ੍ਰੋਧ ਖਤਮ, ਗੁੱਸਾ ਖਤਮ ਨਹੀਂ ਹੋਇਆ ਸੀਗਾ, ਥੋੜ੍ਹਾ ਜਿਹਾ ਤਦ ਵੀ ਸੀਗਾ। ਹੁਣ ਐਂਟੀ ਇਨਕੰਬੈਂਸੀ ਕਾਂਗਰਸ ਦੇ ਖਿਲਾਫ਼ ਹੈਗੀ। ਔਰ ਦੂਜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਬਿਲਕੁਲ ਸਾਫ਼ ਤਰੀਕੇ ਨਾਲ, ਦੋ ਜਿਹੜੇ ਕੈਂਡੀਡੇਟਸ ਹੈਗੇ ਕਾਂਗਰਸ ਦੇ ਅਤੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਜਿਹੜਾ ਸਾਂਝਾ ਕੈਂਡੀਡੇਟ ਹੈ, ਉਹ ਤੁਸੀਂ ਕੈਂਡੀਡੇਟਸ ਨੂੰ ਕੰਪੇਅਰ ਕਰ ਲਓ ਕਿ ਵਿਜ਼ਨ ਕੀ ਹੈਗੀ ਦੋਨੋਂ ਕੈਂਡੀਡੇਟਸ ਦੀ ਅੰਮ੍ਰਿਤਸਰ ਵਾਸਤੇ। ਜਿਹੜਾ ਜਿਹੜਾ ਕਾਂਗਰਸ ਦਾ ਕੈਂਡੀਡੇਟ ਹੈ ਗੁਰਜੀਤ ਔਜਲਾ, ਉਹ 2 ਸਾਲ 'ਚ ਅੰਮ੍ਰਿਤਸਰ ਵਾਸਤੇ ਨਹੀਂ ਕਰ ਪਾਇਆ ਕੁਛ, ਆਪਣੇ ਘਰ ਦੇ ਬਾਹਰ ਜਿਹੜੀ ਡਿਵੈਲਪਮੈਂਟ ਉਹ ਨਹੀਂ ਕਰ ਪਾਇਆ, ਅੰਮ੍ਰਿਤਸਰ ਪੂਰੀ ਕੰਸਟੀਟਿਊਂਸੀ ਵਾਸਤੇ ਕੀ ਕਰੇਗਾ? ਹਰਦੀਪ ਪੁਰੀ ਜੀ, ਤੁਸੀਂ ਇੱਕ ਬੜਾ ਵਾਅਦਾ ਕੀਤਾ ਗਿਆ ਸੀ ਜਿਹੜਾ ਇਸ ਟਾਈਮ ਦੇ ਉੱਤੇ ਜੇ ਵਿਰੋਧੀ ਧਿਰ ਤੁਹਾਡੀ ਫਸ ਰਹੀ ਹੈਗੀ ਆ, ਕਿ 15 ਲੱਖ ਦਾ ਇੱਕ ਵਾਅਦਾ ਸੀ ਜਿਹੜਾ ਤੁਸੀਂ ਕਿਹਾ ਸੀ। ਦੇਖੋ ਜੀ, ਇੰਝ ਕੋਈ 15 ਤੋਂ 12 ਦੇਖ ਲਓ ਕੀ ਹੈ, ਉਹਨੇ ਕਿਹਾ ਜੀ ਬਲੈਕ ਮਨੀ ਹਮ ਵਾਪਸ ਲਾਏਂਗੇ ਲਾਏਂਗੇ ਔਰ ਦੇਖੀਏ ਕਿਆ ਹੋਇਆ। ਉਹ ਜੋ ਭ੍ਰਿਸ਼ਟਾਚਾਰ ਕੇ ਲੋਕ ਥੇ, ਇੱਕ ਇੱਕ ਕਰਕੇ ਉਨਕੇ ਖਿਲਾਫ਼ ਕੇਸਿਸ ਹੋ ਗਏ, ਕੁਛ ਤੋਂ ਅੰਦਰ ਵੀ ਗਏ ਹੈ। ਦੇਖੀਏ, ਇਹ ਜੋ ਅੰਦੋਲਨ ਹੋਤਾ ਹੈ ਬਲੈਕ ਮਨੀ ਕੇ ਖਿਲਾਫ਼, ਇਹ ਓਵਰ ਨਾਈਟ ਨਹੀਂ ਹੋ ਜਾਂਦਾ। ਠੀਕ ਹੈ, ਹੋਇਆ ਕੀ ਹੈਗਾ, ਹੁਣ ਜਿਸ ਤਰ੍ਹਾਂ ਬੰਦੇ ਜਿਹੜੇ ਮਾਲਿਆ, ਅੱਛਾ ਕੁਛ ਲੋਕ ਇੱਥੇ UAE 'ਚ ਸੀਗੇ, ਸਾਰਿਆਂ ਨੂੰ ਵਾਪਸ ਲਿਆ ਗਿਆ ਅਤੇ ਜਿਹੜੇ ਨਹੀਂ ਤਾਂ ਉਹ ਵਾਪਸ ਆਉਣਗੇ। ਠੀਕ ਹੈ, ਉਹ ਇਹਨਾਂ ਦੇ ਖਿਲਾਫ਼ ਕਾਰਵਾਈ ਹੋ ਰਹੀ ਹੈ ਸਾਰਿਆਂ ਦੇ ਖਿਲਾਫ਼। ਹੁਣ ਇਹ ਜਿਹੜੇ ਚੀਜ਼ ਹੁੰਦੀ ਹੈ, ਇਹਨੂੰ ਨੈਗੋਸ਼ੀਏਟ ਕਰਨਾ ਪੈਂਦਾ ਚੰਗੀ ਤਰੀਕਾ। ਅਤੇ ਮੈਂ ਤਾਂ ਉਸਨੂੰ ਇਹ ਕਹਿ ਰਿਹਾ ਕਿ ਅਸੀਂ ਮੋਦੀ ਸਾਹਿਬ ਦੀ ਸਰਕਾਰ ਨੇ 5 ਸਾਲ ਕੀ ਕੀਤਾ ਉਹ ਯੋਜਨਾਵਾਂ ਦੇਖੋ। ਮੈਂ ਤੁਹਾਨੂੰ ਗਿਣਵਾਈ ਹੈ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਗਰੀਬ ਪਰਿਵਾਰਾਂ ਨੂੰ ਆਪਣਾ ਮਕਾਨ ਦਿਵਾਉਣਾ, ਇਹ ਅਸੀਂ ਵਾਅਦਾ ਕੀਤਾ ਸੀ ਜੂਨ 2015 ਵਿੱਚ। ਕੀ ਹੋਇਆ ਉਹਦੇ 'ਚ? 1 ਕਰੋੜ ਘਰ ਬਣਾਉਣੇ ਨੇ, 80 ਲੱਖ ਆਲਰੇਡੀ ਸੈਂਕਸ਼ਨ ਕਰਤੇ ਨੇ। ਸਵੱਛ ਭਾਰਤ ਮਿਸ਼ਨ 'ਚ ਤੁਸੀਂ ਦੇਖੋ, ਇਹ 80 ਲੱਖ ਮੈਂ ਸ਼ਹਿਰੀ ਇਲਾਕਿਆਂ ਨੇ ਕਰ ਰਿਹਾ। ਅਗਰ ਤੁਸੀਂ ਪਿੰਡਾਂ ਤੋਂ ਜੋੜ ਲਓ, ਰੂਰਲ ਏਰੀਆਜ਼ ਜੋੜ ਲਓ, 1.5 ਕਰੋੜ ਆਲਰੇਡੀ ਘਰ ਅਸੀਂ ਲੋਕਾਂ ਨੂੰ ਦੇ ਦਿੱਤੇ ਨੇ। ਅਤੇ ਇਸ ਲਈ ਇਸ ਵਕਤ ਅਸੀਂ ਪਹਿਲੀ ਵਾਰ 70 ਸਾਲ ਦੇ ਆਪਣੀ ਹਿਸਟਰੀ ਵਿੱਚ ਜਨਤਾ ਦੇ ਸਾਹਮਣੇ ਮੋਦੀ ਜੀ ਇੱਕ ਪੋਜ਼ਿਟਿਵ ਏਜੰਡਾ ਅਤੇ ਪੋਜ਼ਿਟਿਵ ਇਨਕੰਬੈਂਸੀ ਨਾਲ ਜਾ ਰਹੇ ਨੇ। ਪੁਰੀ ਸਾਹਿਬ, ਬਲੈਕ ਮਨੀ ਦੀ ਗੱਲ ਕੀਤੀ ਸੀ, ਜਿਹੜੇ ਵਿਦੇਸ਼ਾਂ ਵਿੱਚ ਕਾਲਾ ਧਨ ਹੈਗਾ ਭਾਰਤ ਦਾ ਹੈਗਾ ਵਾ, ਉਹ ਕਿਉਂ ਨਹੀਂ ਵਾਪਸ ਆਇਆ? 5 ਸਾਲ ਦਾ ਰਾਜ ਭਾਗ ਨਿਕਲ ਚੱਲਿਆ ਵਾ, ਦੁਬਾਰਾ ਫਿਰ ਤੁਸੀਂ ਕਹਿ ਰਹੇ ਕਿ ਮੋਦੀ ਸਰਕਾਰ ਆ ਰਹੀ ਆ, ਪਰ ਭਾਅ ਜਿਹੜਾ ਕਿ ਬਲੈਕ ਮਨੀ ਵਾਪਸ ਨਹੀਂ ਆਈ। ਨਹੀਂ ਨਹੀਂ, ਬਲੈਕ ਮਨੀ ਆਈ ਹੈ ਵਾਪਸ, ਕੌਣ ਕਹਿੰਦਾ ਨਹੀਂ ਆਈ ਹੈ? ਦੇਖੋ ਇੰਝ ਹੈਗਾ, ਬਲੈਕ ਮਨੀ ਜਨਰੇਟ ਕਿੱਥੇ ਹੁੰਦੀ ਹੈ? ਇੱਥੇ ਹੀ ਹੁੰਦੀ ਹੈ ਨਾ, ਬਲੈਕ ਮਨੀ ਇੱਥੇ ਜਨਰੇਟ ਹੁੰਦੀ ਹੈ। ਬਲੈਕ ਮਨੀ 'ਚ ਲੋਕ ਕਿਸ ਤਰ੍ਹਾਂ ਕਿੱਥੇ ਰੱਖਦੇ ਨੇ? ਬਲੈਕ ਮਨੀ ਕੀ ਹੁੰਦੀ? ਤੁਸੀਂ ਅਗਰ ਕਾਲਾ ਧੰਦਾ ਕਰਦੇ ਹੋ ਤਾਂ ਬਲੈਕ ਮਨੀ ਜਿਹੜੀ ਹੈ ਆਪਣੇ ਬੋਰਿਆਂ 'ਚ ਕਾਲਾ ਚੱਕ, ਆਪਣੇ ਘਰ 'ਤੇ ਕੋਈ ਰੱਖਦਾ ਨਹੀਂ ਕਿ ਰੇਡ ਹੋ ਜਾਵੇ, ਫਿਰ ਕੀ ਕਰਦੇ ਨੇ ਉਸ ਬਲੈਕ ਮਨੀ ਨੂੰ? ਉਹਨੂੰ ਜਾ ਕੇ ਕਿਸੇ ਬਿਲਡਰ ਨੂੰ ਦੇ ਦਿੰਦੇ ਨੇ। ਬਿਲਡਰ ਨੂੰ ਕੀ ਕਹਿੰਦੇ ਨੇ? ਉਹ ਗਿਣਦੇ ਵੀ ਨਹੀਂ ਨੋਟ, ਕਿਉਂਕਿ ਕਾਲਾ ਧੰਦਾ ਹੁੰਦਾ। ਉਹ ਜੀ, ਅਗਲੀ ਵਾਰੀ ਤੁਸੀਂ ਪ੍ਰੋਜੈਕਟ ਬਣਾਓਗੇ ਮੇਰੇ ਨਾਂ ਵੀ 2 ਫਲੈਟ ਕਰ ਦੇਣਾ। ਠੀਕ ਹੈ, ਉਹ ਬਿਲਡਰ ਕੀ ਕਰਦਾ? ਉਹ ਬਲੈਕ ਮਨੀ ਲੈਂਦਾ ਤੁਹਾਡੀ, ਉਹਦੀ ਨੀਅਤ ਠੀਕ ਵੀ ਹੋਏ, ਕੀ ਕਰਦਾ, ਮੈਂ ਲੈਂਡ ਬੈਂਕ 'ਚ
इन्वेस्टमेंट करती, ठीक है, जमीन का भाग गिर गए, होम बायर्स फस गए, तो असी एक रेरा कानून लिया गया। ये बड़ी सिंपलिस्टिक गल है कि ब्लैक मनी का तुसी कुछ नहीं किया, अगर तुसी थोड़े दिनों खरोचो तो देखो बहुत कुछ होया। रेरा आन दे नाल हुण स्कीम बन गई है कि कंस्ट्रक्शन इंडस्ट्री, देखो साड़ी सब तो वड्डी इंप्लॉयमेंट केड़े सैक्टर च हैगी, एग्रीकल्चर है, दूसरी नंबर कंस्ट्रक्शन है, सब जगह ब्लैक मनी के खिलाफ काम किया। दूजी गल जे लोग नट गए से बाहर, एक एक करके उन्होंने असी वापस लिया रहे, ठीक है, वो तो कोशिश करेंगे। देखो साडा जिहड़ा लीगल सिस्टम है उहदे नाल कोई ये नहीं हो सकता कि उठ के एक दिन सवेरे तुसी फैसला कर दो कि सरदार साहब का मैं बैंक अकाउंट जब्त कर लिया, सब वो लीगल कार्रवाई करेंगे। पर सारे के खिलाफ कार्रवाई ऑलमोस्ट पूरी हो गई है, तो जेल च लोग जाने शुरू हो गए ने, तो उन्होंने जी संपत्ति है, उन्होंने धन जो बार है, उन्होंने प्रॉपर्टीज अटैच हो गए, बहुत लोगों की हो जाए इन कला तन मानते जो विदेशों में राजनीतिकों की बहुत ज़्यादा रकम जी इस समय जमा भी पिछे रिकॉर्ड भी अगर अगर, 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 अगर पॉलिटिशन ही होए या व्यापारियों की होए या कोई फर्क नहीं पैंदा, जिदे को भी ब्लैक मनी अनअकाउंटेड फॉर हैगी और बार प्रॉपर्टी हैगी अटैच हो रही है। तुसी अगर देखो उस ब्लैक मनी कितने जनरेट होती है, लैंड डील्स होती है, कंस्ट्रक्शन होती है, बाकी चीज़ों होती है, ठीक है, वो ऑलरेडी सिस्टम बना लिया। पूरी जी गल्लां बहुत होंदियां वा, पर जे आपां वादियां दी गल करदे आं, 70 साल तो वध दा राज पा गया इस टाइम दे उत्ते, हर एक ने भोगिया हैगा, भावें भाजपा सी जां कांग्रेस सी, गलियां नालियां पक्कियां होईयां, सड़कां दी गल करदे आं, सेहत सिक्ख्या वातावरण ते पंजाबी मां बोली वास्ते तुसीं इस टाइम अग्गे आए हैगे आ, सेहत वास्ते किहो जिहा माहौल, सिक्ख्या वास्ते जे आपां विदेशां दी गल करदे आं, ते कितें ना कितें इह दो चीज़ां नूं पहल दित्ती जांदी आ, पर इहो दो चीज़ां जिहड़ियां पंजाब 'च मैं गल करूंगा खास करके बहुत घाट रड़क रही है। शिक्षा की गल करो, सुन लो मेरी गल सुन लो, पहले इंज है, सब तो पहले साड़ी रिस्पोंसिबिलिटी बनती है कि बेचारे गरीब परिवार के जो लोग ने जिन्होंने जिन्हों की बीमारी हैगी, क्योंकि मेडिकल के खर्चे बड़े हाई है, तो उन्होंने तुसी कुछ कवर दो। प्रधानमंत्री ने आयुष्मान भारत एक स्कीम बनाई है जिदे तहत सारे गरीब परिवार के लोग उन्होंने एक साल दे 5 लाख रुपए की बीमा योजना दी गई है। पहली बारी साढ़े 70 साल के इतिहास जो है, हुण दूजी गल है पंजाब सरकार उन्हों लागू नहीं कर रही। देखो पंजाब सरकार की एक होर प्रॉब्लम है, इस सेंटर को पैसा लेंदे ने, क्योंकि अंदरों इन्हों की जी आर्थिक स्थिति हैगी, इन्हों की फाइनैंसिस ने बहुत कमज़ोर ने, ये सेंट्रल गवर्नमेंट तो जो पैसा आया होंगे उन्होंने बाकी जगह डाइवर्ट कर देते हैं। मैं तुहानू एक उदाहरण देना, स्मार्ट सिटी प्रोजेक्ट वास्ते मेरे मंत्रालय ने 1600 करोड़ सैंक्शन किया, इन्हां कोल खर्च सिर्फ 26 करोड़ होया। पता क्यों? अगर असी 100 करोड़ भेजने तो ये रिक्वायरमेंट हैगी कि तुसी स्टेट गवर्नमेंट भी अपना 100 करोड़, इन्हां कोल हैगा नहीं, ये साडा पैसा लेके तनखावां दे बाकी चीज़ां दे देना। एजुकेशन शिक्षा जो तुसी गल करो ते हैल्थ, ये सब तो दो जरूरी चीज़ां हैगियां किसी भी कंट्री की डिवेलपमेंट वास्ते। जो तुम प्रॉपर्टी खरीदने जाते हो तो प्रॉपर्टी खरीदने वक्त तुम की कहते हो, तुम लोग की कहते हैं, लोकेशन लोकेशन लोकेशन। अगर तुम जमीन खरीद रहे हो एक ऐसी जगह जिथे मान लो डिवेलपमेंट होगी, वह दाम एकदम बढ़ जाएगा। दूजी चीज़ नैशनल डिवेलपमेंट वास्ते एजुकेशन होती है। होया की है कि साड़ी आबादी वधन नाल स्टेट एजुकेशन भी चंगी सीगी, पर उससे प्रेशर बहुत है। प्राइवेट एजुकेशन वाले जो लोग आए ना, कुछ प्राइवेट स्कूल बहुत वधिया है, पर प्राइवेट स्कूल आन वक्त उहदे फ्लाई बाय नाइट ऑपरेटर भी आ गए ने, मतलब जिहड़ा ये काम धंधे वास्ते कर धंधे वास्ते कर रहे। हुण मैं समझदा कि एजुकेशन सिस्टम में जिहड़ा सुधार है वो क्यों नहीं आ रहा, मेरे हिसाब से अंदरों रेजिस्टेंस हैगी। कुछ लोगों ने तो इनों धंधे का मतलब ए पब्लिक सर्विस नहीं मनते, इनू इनू धंधा मन। दूजे लोग जोड़े है, अगर तुम सुधार लियाना चाहते हो तो सुधार तद आएगा, टीचर खुद रिफॉर्म चाहेगा। लोगों ने अपनी PhD की 20-25 साल बाद पहले, वो बाद पढ़ाई लिखाई की नहीं, कोई दूजी किताब लिखी नहीं, तो चाहते करिकुलम चेंज ना हो। देखो देश बदल गया, आर्थिक स्थिति बदल गई है, असी हूँ $3 trillion की साड़ी इकोनमी है, $5 trillion की हो जाएगी
ਅਗਲੇ ਚੁਣਾਵ ਤੱਕ 2029 ਤੱਕ ਅਤੇ 2030 ਤੱਕ ਇਹ 10 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੋ ਜਾਏਗੀ, ਦੁਨੀਆ ਬਾਰੇ ਤੀਜੇ ਸਥਾਨ 'ਤੇ ਹੋਏਗੀ। ਇਹਦਾ ਮਤਲਬ ਥੋੜ੍ਹਾ ਤੁਸੀਂ ਪੁਰਾਣੀ ਸ਼ਿਕਸ਼ਾ ਦੇ ਜਾਓ, ਹੁਣ ਟੈਕਨੀਕਲ ਸਬਜੈਕਟ IT ਆਰਟੀਫਿਸ਼ਲ ਇੰਟੈਲੀਜੈਂਸ ਆ ਰਿਹਾ, ਬਦਲਾਵ ਆ ਰਿਹਾ, ਪਰ ਹੈਲਥ ਅਤੇ ਐਜੂਕੇਸ਼ਨ ਦੋ ਇਹੋ ਜਿਹੇ ਮੁੱਦੇ ਹੈਗੇ ਜਿਹਦੇ ਸਰਕਾਰ ਨੂੰ ਵੀ ਮਦਦ ਕਰਨੀ ਪਵੇਗੀ, ਪ੍ਰਾਈਵੇਟ ਸੈਕਟਰ ਨੂੰ ਵੀ ਆਉਣਾ ਪਵੇਗਾ, ਕਾਰਪੋਰੇਟਸ ਨੂੰ ਵੀ ਆਉਣਾ ਪਵੇਗਾ ਅਤੇ NGOs ਨੂੰ ਵੀ ਪੜ੍ਹਨਾ ਪਵੇਗਾ। ਹਰਦੀਪ ਸਿੰਘ ਜੀ, ਤੁਸੀਂ ਕੇਂਦਰ ਦੇ ਜੋ ਮੰਤਰੀ ਹੋ, ਜੇ ਸਿੱਖਾਂ ਦੀ ਗੱਲ ਕਰਦੇ ਆ ਤਾਂ ਗੁਰਦੁਆਰਾ ਸਾਹਿਬਾਂ 'ਤੇ ਵੀ ਕੁਛ ਹਮਲੇ ਹੋਏ, ਮੈਂ ਕਹੂੰਗਾ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਲੈਂਦੇ ਇਸ ਚੀਜ਼ ਨੂੰ, ਜਿਵੇਂ ਗਿਆਨ ਗੋਦਰੀ ਹਰਦੁਆਰ ਸਾਹਿਬ ਸੀ ਉਹ ਵੀ ਕਿਤੇ ਨਾ ਕਿਤੇ ਕਬਜ਼ਾ, ਇਹ ਕ੍ਰਿਮੀਨਲ ਐਕਟਸ ਨੇ, ਇਹ ਕ੍ਰਿਮੀਨਲ ਐਕਟਸ ਹੈਗੇ ਸਾਰੇ ਜਿਹੜੇ ਗੁਰਦੁਆਰਾ ਸਾਹਿਬ 'ਤੇ ਹਮਲੇ ਹੋਏ ਨੇ, ਇਹਦੀ ਕੋਈ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ, ਕਦੀ ਇੱਕ ਕਿਸਮ ਦੀ ਡਿਸਪਿਊਟ ਹੁੰਦੀ ਕੁਛ। ਮੈਂ ਤਾਂ ਬਿਲਕੁਲ ਕਲੀਅਰ ਹਾਂ ਕਿ ਕ੍ਰਿਮੀਨਲ ਚੀਜ਼ਾਂ ਹੈਗੀਆਂ ਜਿਹੜੇ ਹਮਲੇ ਕਰਦੇ ਨੇ ਲੋਕ, ਅਤੇ ਸਾਡੇ ਰਿਲੀਜਨ ਦੇ ਲੋਕ, ਸਾਡੀ ਔਰਗਨਾਈਜ਼ ਜਿਹੜੇ ਮੂਵਮੈਂਟਸ ਹੈਗੀਆਂ, ਜਿਹੜੇ ਸਾਡੇ ਰਿਪ੍ਰੈਜੈਂਟੇਟਿਵਸ ਹੈਗੀਆਂ, ਇਹਨਾਂ ਨੂੰ ਬੜੀ ਮਚੋਰਿਟੀ ਨਾਲ ਹੈਂਡਲ ਕਰਨਾ ਚਾਹੀਦਾ। ਪਰ ਮੈਂ ਆਪਣੀ ਤਰਫੋਂ ਜਦੋਂ ਕਹਿ ਰਿਹਾ, ਜਦੋਂ ਮੋਦੀ ਜੀ ਦੀ ਗਵਰਨਮੈਂਟ ਜਦੋਂ ਦੀ ਆਈ ਹੈ 1984 ਦੀ, ਤੁਸੀਂ ਗੱਲ ਕਰੋ, ਕੁਛ ਨਹੀਂ ਹੋਇਆ ਸੀਗਾ, 32 ਸਾਲ ਹੋ ਗਏ ਨੇ ਇਸ ਚੀਜ਼ ਨੂੰ। ਇਹਨਾਂ ਨੇ SIT ਬਣਾਈ ਹੈ, SIT ਬਣਾਉਣ ਬਾਅਦ ਸੱਜਣ ਕੁਮਾਰ ਹੁਣ ਲਾਈਫ ਇੰਪ੍ਰਿਜ਼ਨਮੈਂਟ ਲੈ ਰਿਹਾ, ਅਜੇ ਵੀ ਜੇਲ੍ਹ 'ਚ ਹੈਗਾ। ਕਰਤਾਰਪੁਰ ਸਾਹਿਬ ਕੋਰੀਡੋਰ ਦੀ ਗੱਲ ਹੈ, ਜਦੋਂ 1999 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਅਟਲ ਬਿਹਾਰੀ ਵਾਜਪੇਈ ਜੀ ਨਾਲ ਲਾਹੌਰ ਗਏ ਸੀ ਬੱਸ ਯਾਤਰਾ 'ਤੇ, ਇਹ ਤਦ ਉਸ ਵਕਤ ਫੋਰਮਲ ਡਿਮਾਂਡ ਉਠਾਈ ਸੀਗੀ ਮੋਦੀ ਜੀ ਦੀ ਸਰਕਾਰ ਨੇ, ਕਿਉਂਕਿ ਗੁਰੂ ਮਹਾਰਾਜ ਦੀ 550th ਬਰਥ ਐਨੀਵਰਸਰੀ ਅਸੀਂ ਸੈਲੀਬ੍ਰੇਟ ਕਰ ਰਿਹਾ, 22 ਨਵੰਬਰ 2018 ਕੁਛ ਕੈਬਨਿਟ ਵਿੱਚ ਫੈਸਲੇ ਕੀਤੇ ਸੀਗੇ ਕਿ ਆਪਾਂ ਸੁਲਤਾਨਪੁਰ ਲੋਧੀ ਨੂੰ ਇੱਕ ਸਮਾਰਟ ਸਿਟੀ ਪ੍ਰਿੰਸੀਪਲ 'ਤੇ ਡਿਵੈਲਪ ਕਰਾਂਗੇ, ਗੁਰੂ ਨਾਨਕ ਦੇਵ ਜੀ ਦੀ ਸਟੱਡੀਜ਼ ਵਾਸਤੇ ਇੰਡੀਆ ਅਤੇ ਬਾਹਰਲੇ ਦੇਸ਼ਾਂ ਵਿੱਚ ਚੇਅਰਸ ਹੋਣਗੀਆਂ। ਅਤੇ ਇੱਕ ਉੱਥੇ ਬੜੀ ਮਹੱਤਵਪੂਰਨ ਇੱਕ ਹੋਰ ਰਿਕਮੈਂਡੇਸ਼ਨ ਸੀ ਕਿ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਇੱਕ ਕੋਰੀਡੋਰ ਬਣਾਇਆ ਜਾਏਗਾ। 1947 ਜਦੋਂ ਰੈਡਕਲਿਫ ਅਵਾਰਡ ਦੇ ਬਾਰੇ ਗੱਲ ਚਰਚਾ ਹੋ ਰਹੀ ਸੀਗੀ, ਮੈਨੂੰ ਲੱਗਦਾ ਕਿ ਕਾਂਗਰਸ ਦੇ ਨੇਤਾਵਾਂ ਨੇ ਉਸ ਵਕਤ ਥੋੜ੍ਹੀ ਜਿਹੀ ਕਮਜ਼ੋਰੀ ਦਿਖਾਈ ਅਤੇ ਅਕਲ ਇਸਤੇਮਾਲ ਨਹੀਂ ਕੀਤੀ। ਸਾਡੇ ਗੁਰਦੁਆਰਾ ਸਾਹਿਬ, ਗੁਰੂ ਮਹਾਰਾਜ ਦੀ ਜਨਮ ਸਥਾਨ ਨਨਕਾਣਾ ਸਾਹਿਬ ਨੂੰ ਲਾਈਨ ਦੇ ਉਸ ਤਰਫ, ਕਰਤਾਰਪੁਰ ਸਾਹਿਬ ਲਾਈਨ ਤੋਂ ਦੂਜੀ ਤਰਫ, 4 ਕਿਲੋਮੀਟਰ ਇਸ ਤਰਫ ਡੇਰਾ ਬਾਬਾ ਨਾਨਕ, ਅਗਰ ਥੋੜ੍ਹੀ ਜਿਹੀ ਅਕਲ ਇਸਤੇਮਾਲ ਕੀਤੀ ਹੁੰਦੀ ਉਸ ਵਕਤ, ਤਾਂ ਲਾਈਨ ਇਸ ਤਰੀਕੇ ਨਾਲ ਡਰਾਅ ਹੋ ਸਕਦੀ ਸੀ ਕਿ ਸਾਡੀ ਕਮਿਊਨਿਟੀ ਵਾਸਤੇ, ਸਾਡੇ ਰਿਲੀਜਨ ਵਾਸਤੇ, ਸਾਡੇ ਸਾਰੇ ਗੁਰਦੁਆਰਾ ਸਾਹਿਬ ਲਾਈਨ ਦੀ ਇਸ ਤਰਫ ਹੋ ਸਕਦੇ ਸੀ। ਹੁਣ ਸਿੱਧੂ ਸਾਹਿਬ ਜੀ ਨੇ, ਨਵਜੋਤ ਸਿੱਧੂ, ਇਹ ਕਲੇਮ ਕਰਦਾ ਕਿ ਇਹਦਾ ਬੜਾ ਹੱਥ ਹੈਗਾ ਕਰਤਾਰਪੁਰ ਸਾਹਿਬ ਕੋਰੀਡੋਰ 'ਤੇ ਕੰਮ ਸ਼ੁਰੂ ਕਰਾਉਣ ਦਾ। ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ, ਕਿਉਂਕਿ ਗੁਰੂ ਮਹਾਰਾਜ ਦੀ ਇਹ 550th ਬਰਥ ਐਨੀਵਰਸਰੀ ਮਨਾਉਣ ਵਾਸਤੇ ਪ੍ਰਧਾਨ ਮੰਤਰੀ ਜੀ ਨੇ ਇੱਕ ਕਮੇਟੀ ਬਣਾਈ ਸੀ। ਸਾਡੇ ਜਿਹੜੇ ਹੋਮ ਮਿਨਿਸਟਰ ਹੈਗੇ ਮਾਨਯ ਰਾਜਨਾਥ ਸਿੰਘ ਜੀ ਦੀ ਅਧਿਅਕਸ਼ਤਾ ਵਿੱਚ, ਅਤੇ ਇਸ ਕਮੇਟੀ ਨੇ ਕੁਝ ਰਿਕਮੈਂਡੇਸ਼ਨਸ ਕੀਤੀਆਂ ਸਨ, ਅਤੇ ਕੈਬਨਿਟ ਨੇ 22 ਨਵੰਬਰ ਇਹ ਇਹਨਾਂ ਦੀਆਂ ਰਿਕਮੈਂਡੇਸ਼ਨ ਮੰਨ ਲਈਆਂ ਸੀਗੀਆਂ। ਇਸ ਰਿਕਮੈਂਡੇਸ਼ਨਸ ਵਿੱਚ ਇੱਕ ਤਾਂ ਸੀਗਾ ਕਿ ਸੁਲਤਾਨਪੁਰ ਲੋਧੀ, ਜਿੱਥੇ ਗੁਰੂ ਮਹਾਰਾਜ ਨੇ ਆਪਣਾ ਕਾਫੀ ਸਮੇਂ ਬਿਤਾਇਆ, ਉਹਨੂੰ ਇੱਕ ਸਮਾਰਟ ਸਿਟੀ ਪ੍ਰਿੰਸੀਪਲਸ 'ਤੇ ਡਿਵੈਲਪ ਕੀਤਾ ਜਾਏ, ਨੰਬਰ 1। ਨੰਬਰ 2, ਗੁਰੂ ਮਹਾਰਾਜ ਦੇ ਸਟੱਡੀਜ਼ ਵਾਸਤੇ, ਸਿੱਖ ਸਟੱਡੀਜ਼ ਵਾਸਤੇ ਦੁਨੀਆ ਭਰ ਯੂਨੀਵਰਸਿਟੀਆਂ 'ਚ ਚੇਅਰਸ ਇਸਟੈਬਲਿਸ਼ ਕੀਤੀਆਂ ਜਾਣ। ਔਰ ਇੱਕ ਬੜੀ ਇੰਪੋਰਟੈਂਟ ਰਿਕਮੈਂਡੇਸ਼ਨ ਉਹਦੇ 'ਚ ਸੀ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਆ 4 ਕਿਲੋਮੀਟਰ ਦਾ, ਮੈਂ ਤੁਹਾਨੂੰ ਰੈਡਕਲਿਫ ਅਵਾਰਡ ਦੇ ਬਾਰੇ ਦੱਸਤਾ, ਪਰ ਇਹ ਸਾਡੀ ਸਿੱਧੂ ਕਹਿੰਦਾ ਉਹਨੇ ਕਰਵਾਇਆ, ਉਹਦੀ ਥੋੜ੍ਹੀ ਜਿਹੀ ਮੈਂ ਤੁਹਾਨੂੰ ਬੈਕਗਰਾਊਂਡ ਦੇ ਦੇਣਾ ਚਾਹੁੰਦਾ। ਇਹ ਸਾਡੀ ਕਮਿਊਨਿਟੀ ਦੀ ਬੜੀ ਲੌਂਗ ਸਟੈਂਡਿੰਗ ਡਿਮਾਂਡ ਹੈਗੀ, ਬਹੁਤ ਲੌਂਗ ਸਟੈਂਡਿੰਗ। ਮੈਨੂੰ ਖੁਦ ਯਾਦ ਹੈ ਜਦੋਂ ਵਾਜਪੇਈ ਜੀ ਬੱਸ ਯਾਤਰਾ 'ਤੇ ਲਾਹੌਰ ਗਏ ਸਨ, ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਡੈਲੀਗੇਸ਼ਨ ਵਿੱਚ ਸਨ, ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵਕਤ ਜਦੋਂ ਡੈਲੀਗੇਸ਼ਨ ਲੈਵਲ ਟਾਕਸ ਹੋ ਰਹੀਆਂ ਸਨ, ਸਰਦਾਰ ਤਰਲੋਚਨ ਸਿੰਘ ਵੀ ਸੀਗੇ ਉਸ ਵਕਤ ਉਸ ਡੈਲੀਗੇਸ਼ਨ 'ਚ, ਤਾਂ ਉਹਨਾਂ ਨੂੰ ਵੀ ਪਤਾ ਹੈ ਗੱਲ। ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਸਾਡੀ ਕਮਿਊਨਿਟੀ ਦੀ, ਸਾਡੀ ਸਿੱਖ ਸਮੁਦਾਇ ਦੀ ਬੜੀ ਲੌਂਗ ਸਟੈਂਡਿੰਗ ਡਿਮਾਂਡ ਹੈ, ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹੋ। ਉਹਦੇ ਬਾਅਦ 22 ਨਵੰਬਰ ਦਾ ਡਿਸੀਜਨ ਹੋਇਆ, ਠੀਕ ਹੈ,
ਅਤੇ ਹੁਣ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ 1984 ਤੇ SIT ਬਿਠਾਤੀ ਹੈ ਮੋਦੀ ਜੀ ਨੇ, ਇਹ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਬਣ ਜਾਏਗਾ ਔਰ ਸਾਡੀ ਤਰਫੋਂ ਜਿਹੜੀ ਲੈਂਡ ਐਕੁਜ਼ੀਸ਼ਨ ਕਰਨੀ ਹੈ ਗਡਕਰੀ ਜੀ ਨੇ ਆਲਰੇਡੀ ਉਸ 'ਤੇ ਇਨਕ ਦੇ ਦਿੱਤਾ। ਹਾਂ, ਕੁਛ ਇਹੋ ਜਿਹੀਆਂ ਗੱਲਾਂ ਹੈਗੀਆਂ ਜਿਹੜੀਆਂ ਬਾਇਲੈਟਰਲੀ ਪਾਕਿਸਤਾਨ ਨਾਲ ਕਰਨੀਆਂ ਹੋਣਗੀਆਂ। ਅਸੀਂ ਚਾਹੁੰਦੇ ਸੀਗੇ ਕਿ 5,000 ਪਿਲਗ੍ਰਿਮਸ ਜਾ ਸਕਣ ਰੋਜ਼, ਉਹਨਾਂ ਨੇ ਕਹਿੰਦਾ ਅਜੇ 500 ਰੱਖੋ, ਪਰ ਇਹ ਤਾਂ ਗੱਲਾਂ ਚੱਲਦੀਆਂ ਰਹਿਣਗੀਆਂ ਨਾਲ ਨਾਲ। ਕੁਛ ਪੂਰੀ ਸਭ ਢਿੱਲੀ ਕਾਰਗੁਜ਼ਾਰੀ ਲੱਗਦੀ ਹੈ ਪਾਕਿਸਤਾਨ ਵਾਲੇ ਪਾਸੇ, ਦੇਖਦੇ ਹਾਂ ਆਪਾਂ ਤਾਂ ਵੀਡੀਓ ਆਉਂਦੀਆਂ ਹੈਗੀਆਂ, ਵਾਇਰਲ ਹੁੰਦੀਆਂ ਵਾ, ਬੜੀ ਤੇਜ਼ੀ ਨਾਲ ਰਫ਼ਤਾਰ ਨਾਲ ਕੰਮ ਚੱਲ ਰਿਹਾ। ਇੱਧਰਲੇ ਪਾਸਿਓਂ ਜੇ ਕਾਂਗਰਸ ਪਾਰਟੀ ਨਾਲ ਗੱਲ ਕੀਤੀ ਸੀ, ਕਿਹਾ ਜਾਂਦਾ ਕਿ ਕੇਂਦਰ ਵੱਲੋਂ ਨਹੀਂ। ਕਾਂਗਰਸ ਪਾਰਟੀ ਤਾਂ ਇਹ ਤਾਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਝੂਠ ਬੋਲ ਜਾਂਦੇ ਨੇ, ਇਹਨਾਂ ਨੂੰ ਛੱਡ ਦਿਓ। ਦੇਖੋ ਕੰਮ ਬੜੀ ਤੇਜ਼ੀ ਨਾਲ ਹੋ ਰਿਹਾ ਜੇ, ਅਤੇ ਅਕਤੂਬਰ ਤੱਕ ਇਹ ਕੰਮ ਹੋ ਜਾਏਗਾ ਖਤਮ, ਜਿਹੜਾ ਕੰਮ ਕਰਨਾ ਸਾਡੇ ਤੋਂ ਕਰਨਾ ਕੁਛ ਨਹੀਂ। ਪਹਿਲੀ ਗੱਲ ਤਾਂ ਲੈਂਡ ਅਕੁਆਇਰ ਕਰਨੀ ਜਾਏ, 4 ਕਿਲੋਮੀਟਰ ਸੜਕ, ਮੈਂ ਮੁੱਦਲ ਵਿਲੇਜ ਅਡੋਪਟ ਕੀਤਾ ਸੀ 1 ਸਾਲ ਪਹਿਲੇ, 4 ਕਿਲੋਮੀਟਰ ਸੜਕ ਉਹਨਾਂ ਨੇ 22 ਦਿਨ 'ਚ ਬਣਾਤੀ, ਮਤਲਬ ਫਸਟ ਕਲਾਸ ਰੋਡ। ਅਤੇ ਕੋਰੀਡੋਰ ਬਣਾਉਣਾ ਕੋਈ ਟਾਈਮ, ਲੈਂਡ ਐਕੁਜ਼ੀਸ਼ਨ ਟਾਈਮ ਲੱਗਦਾ, ਉਹ ਲੈਂਡ ਐਕੁਜ਼ੀਸ਼ਨ ਦਾ ਕੰਮ ਬਰਾਬਰ ਹੋ ਗਿਆ। ਅੰਮ੍ਰਿਤਸਰ ਤੋਂ ਵਾਪਸ ਆਉਣੇ ਹੈਗੇ ਆ, ਅੰਮ੍ਰਿਤਸਰ 'ਚ ਕਿਹੋ ਜਿਹੇ ਮੁੱਦੇ ਤੁਹਾਨੂੰ ਲੱਗ ਰਹੇ ਹੈਗੇ ਆ, ਕੀ ਮੰਗਾਂ ਹੈਗੀਆਂ ਇੱਥੋਂ ਦੀਆਂ? ਮੈਂ ਪਹਿਲਾਂ ਦੱਸ ਚੁੱਕਾ ਕਿ ਸ਼ੁਰੂ ਤੋਂ 70 ਸਾਲ ਤੋਂ ਵੱਧ ਦਾ ਰਾਜਪਾਲ ਹੋ ਚੁੱਕਾ, ਅਜੇ ਤੱਕ ਲੋਕਾਂ ਦੀ ਉਹ ਮੰਗਾਂ ਹੈਗੀਆਂ। ਦੇਖੋ ਅੰਮ੍ਰਿਤਸਰ ਦੀਆਂ ਕੁਛ ਖਾਸ, ਇਹਨਾਂ ਦੀ ਸਿਚੁਏਸ਼ਨ ਅੰਮ੍ਰਿਤਸਰ ਦੀ ਕੁਛ ਖਾਸ ਹੈਗੀ, ਮੈਂ ਇਹਨੂੰ ਬੜੇ ਡਿਟੇਲ 'ਚ ਇੱਕ ਵਿਜ਼ਨ ਡਾਕੂਮੈਂਟ ਬਣਾਇਆ, ਮੈਂ ਵਿਜ਼ਨ ਸਟੇਟਮੈਂਟ, ਉਹ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਹੋਰ ਇੱਕ ਦਿਨ ਤੱਕ, ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਇਹ ਅਸੀਂ ਆਪਾਂ ਪਬਲਿਕ 'ਚ ਪਾ ਦਿਆਂਗੇ ਇਹਨੂੰ। ਉਹਦੇ ਬਾਅਦ ਮੈਂ ਇਸ 'ਤੇ ਪ੍ਰੈਸ ਕਾਨਫਰੰਸ ਕਰਾਂਗਾ ਕਿ ਮੇਰੇ ਹਿਸਾਬ ਨਾਲ ਅੰਮ੍ਰਿਤਸਰ ਦੀ ਡਿਵੈਲਪਮੈਂਟ ਵਾਸਤੇ ਇਹ ਚੀਜ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਕਈ ਇੱਥੇ ਪ੍ਰੋਬਲਮਸ ਹੈਗੀਆਂ, ਨਸ਼ੇ ਦੀ ਪ੍ਰੋਬਲਮ, ਦੇਖੋ ਜਿੱਦਾਂ ਵੀ ਜਿਸਦੀ ਵੀ ਗਲਤੀ ਹੈਗੀ, ਫੈਕਟ ਇਜ਼ ਵੀ ਹੈਵ ਲੋਸਟ ਐਨ ਇੰਟਾਇਰ ਜਨਰੇਸ਼ਨ। ਅੱਛਾ, ਇਹਨਾਂ ਨੇ ਵਾਅਦਾ ਕੀਤਾ ਸੀ ਅਗਰ ਇਹ ਕੈਪਟਨ ਸਾਹਿਬ ਆ ਜਾਣ ਸੱਤਾ 'ਚ, ਲੇਕਿਨ 3 ਦਿਨਾਂ 'ਚ ਖਤਮ ਕਰ ਦੇਣਗੇ ਜਾਂ ਕੁਛ ਹਫ਼ਤਿਆਂ ਦਾ ਟਾਈਮ, ਕੁਛ ਹਫ਼ਤਿਆਂ 'ਚ ਖਤਮ ਕਰ ਦੇਣਗੇ, ਕੁਛ ਵੀ ਨਹੀਂ ਕੀਤਾ ਇਹਨਾਂ ਨੇ। ਹੁਣ ਮੇਰੇ ਹਿਸਾਬ ਨਾਲ ਕੀ ਹੋਣਾ ਚਾਹੀਦਾ, ਦੇਖੋ ਛਾਪੇ ਮਾਰਨੇ ਤਾਂ ਇੱਕ ਚੀਫ ਹੈ, ਤੁਸੀਂ ਲੋਕਾਂ ਨੂੰ ਕੋਲੋਂ ਡੀ ਐਡਿਕਸ਼ਨ ਕਰਵਾਉਣੀ ਹੈ ਔਰ ਰੀਹੈਬਲੀਟੇਸ਼ਨ ਕਰਵਾਉਣੀ ਹੈ। ਬਾਕੀ ਸਾਡੇ ਬੱਚੇ ਨੌਜਵਾਨ ਜੋ ਇਫੈਕਟਿਡ ਨੇ, ਉਹਨਾਂ ਦੀ ਰੀਹੈਬਲੀਟੇਸ਼ਨ ਕਰਾ ਕੇ ਉਹਨਾਂ ਨੂੰ ਸਕਿੱਲਸ ਦੇਣੀਆਂ ਨੇ ਕਿ ਉਹਨਾਂ ਨੂੰ ਫਿਰ ਨੌਕਰੀਆਂ ਢੂੰਡ ਕੇ ਦੇਣੀਆਂ ਨੇ, ਕਿਉਂਕਿ ਹੋਏਗਾ ਕਿ ਅਗਰ ਬੇਰੁਜ਼ਗਾਰੀ ਹੋਏਗੀ ਤਾਂ ਉਹੀ ਬੱਚੇ ਦੁਬਾਰਾ ਫਿਰ ਨਸ਼ੇ 'ਤੇ ਆ ਜਾਣਗੇ। ਸਰ, ਨੌਜਵਾਨ ਪੀੜ੍ਹੀ ਤਾਂ ਸਾਡੀ ਵਿਦੇਸ਼ਾਂ ਜਾ ਰਹੀ ਆ। ਹਾਂ, ਉਹਦੀ ਉਹ, ਕਿਉਂਕਿ ਤੁਹਾਡੀ ਉਹ ਗੱਲ ਸੁਣੋ, ਪਹਿਲੇ ਤਾਂ ਪੜ੍ਹਾਈ ਦਾ ਸਿਸਟਮ ਇੱਥੇ ਬੜੀ ਅਫਸੋਸ ਦੀ ਗੱਲ ਹੈ ਕਿ ਜਿਹੜਾ ਬੱਚਾ 12ਵੀਂ ਤੱਕ ਪੜ੍ਹ ਜਾਂਦਾ ਉਹ ਤਾਂ ਪੇਰੈਂਟਸ ਕੀ ਚਾਹੁੰਦੇ ਨੇ, ਬੇਸ਼ੱਕ ਆਪਣੀ ਜ਼ਮੀਨ ਭੇਜਣੀ ਵੇਚਣੀ ਪਏ, ਉਹਨੂੰ ਬਾਹਰ ਭੇਜ ਦੇਈਏ। ਹਾਂ, ਇਹ ਇਸ ਲਈ ਹੈ ਕਿ ਸਟੇਟ ਵਿੱਚ ਇੰਪਲੋਇਮੈਂਟ ਜਨਰੇਸ਼ਨ, ਜੋ ਵੀ ਤੁਸੀਂ ਨਸ਼ੇ ਵਾਸਤੇ ਕਰੋਗੇ, ਐਜੂਕੇਸ਼ਨ, ਹੈਲਥ, ਤੁਸੀਂ ਇਹ ਦੋਨੋਂ ਚੀਜ਼ਾਂ ਦੀ ਗੱਲ ਕੀਤੀ, ਦੋਨੋਂ ਇੰਟਰਲਿੰਕ ਨੇ ਇੱਥੇ। ਨਸ਼ੇ ਦੀ ਪ੍ਰੋਬਲਮ ਅਤੇ ਹੈਲਥ ਪ੍ਰੋਬਲਮ ਵੀ ਹੈਗੀ, ਐਜੂਕੇਸ਼ਨ ਪ੍ਰੋਬਲਮ ਵੀ ਹੈ। ਇੱਕ ਬੱਚਾ ਚੰਗੀ ਤਰ੍ਹਾਂ ਐਜੂਕੇਸ਼ਨ ਲਏਗਾ, ਇੰਪਲੋਇਮੈਂਟ ਓਪਰਚੁਨਿਟੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ, ਮੈਂ ਜੋ ਸਟੱਡੀ ਕੀਤੀ ਹੈ, ਦਰਬਾਰ ਸਾਹਿਬ ਲੱਖਾਂ ਦੀ ਤਾਦਾਦ ਵਿੱਚ ਲੋਕ ਆਉਂਦੇ ਨੇ, ਸਿਰਫ ਸਾਡੀ ਕਮਿਊਨਿਟੀ ਨਹੀਂ ਬਾਕੀ। ਅਗਰ ਤੁਸੀਂ ਇਹੋ ਜਿਹਾ ਟੂਰਿਸਟ ਇਨਫਰਾਸਟ੍ਰਕਚਰ ਬਣਾ ਦਿਓ ਕਿ ਜਿਹੜਾ ਟੂਰਿਸਟ ਇੱਥੇ ਆਉਂਦਾ ਇੱਕ ਰਾਤ ਰਹਿਣ ਦੀ ਬਜਾਏ 2 ਜਾਂ 3 ਰਾਤਾਂ ਰਹਿ ਜਾਏ, ਤੁਹਾਡੀ ਇਕੋਨਮੀ ਦੀ ਪ੍ਰੋਬਲਮ ਆਪਣੇ ਆਪ ਸੋਲਵ ਹੋ ਜਾਏਗੀ। ਜਦੋਂ ਮੈਂ ਬਾਹਰ ਐਜ਼ ਅੰਬੈਸਡਰ ਪੋਸਟਡ ਸੀਗਾ, ਮੈਨੂੰ ਲੋਕ ਪੁੱਛਦੇ ਸੀਗੇ ਇੰਡੀਆ 'ਚ ਕਿੰਨੇ ਟੂਰਿਸਟ ਆਉਂਦੇ ਨੇ, ਪਤਾ ਮੇਰਾ ਜਵਾਬ ਕੀ ਹੁੰਦਾ ਸੀ? ਮੈਂ ਕਿਹਾ ਜਿੰਨੇ ਹੋਟਲ ਕਮਰੇ ਗਏ ਉਨੇ ਹੀ ਆਉਂਦੇ ਨੇ। ਤੁਸੀਂ ਅਗਰ ਹੋਟਲ ਜ਼ਿਆਦਾ ਬਣਾਓਗੇ ਲੋਕ ਜ਼ਿਆਦਾ ਆਉਣਗੇ, ਇਹ ਨਹੀਂ 5 ਸਟਾਰ ਦੇ, 2 ਸਟਾਰ, 3 ਸਟਾਰ ਦੇ। ਦੇਖੋ, ਮੈਂ ਕਈ ਸੁਝਾਵ ਦੇਣ ਲੱਗਾ ਵਿਜ਼ਨ ਡਾਕੂਮੈਂਟ 'ਚ, ਥੋੜ੍ਹਾ ਇੱਕ ਦਿਨ ਇੰਤਜ਼ਾਰ ਕਰੋ, ਇੰਪਲੋਇਮੈਂਟ ਵਾਸਤੇ, ਪੋਲਿਊਸ਼ਨ ਵਾਸਤੇ, ਐਜੂਕੇਸ਼ਨ, ਹੈਲਥ, ਸਾਰੀਆਂ ਚੀਜ਼ਾਂ 'ਤੇ ਵਿਜ਼ਨ ਡਾਕੂਮੈਂਟ ਆਲਮੋਸਟ ਤਿਆਰ ਹੈਗਾ, ਸਿਰਫ ਟ੍ਰਾਂਸਲੇਸ਼ਨ ਹੋ ਰਹੀ ਉਹਦੀ ਪੰਜਾਬੀ ਅਤੇ ਹਿੰਦੀ। ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਰਜੇ ਦੀ, ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕੀਤੀ ਜਾਂਦੀ ਹੈ, ਅਤੇ ਕਾਂਗਰਸ ਤੋਂ ਗੁਰਜੀਤ ਸਿੰਘ ਔਜਲਾ ਨੇ ਗੱਲ ਕੀਤੀ ਸੀ, ਉਹਨਾਂ ਕਿਹਾ ਕਿ ਪੂਰੀ ਜੱਦੋ ਜਦ ਕਰ ਰਹੇ ਹਾਂ, ਕੇਂਦਰ ਤੋਂ ਤੁਸੀਂ ਮੰਤਰੀ ਹੋ, ਇਸ ਟਾਈਮ ਅੰਮ੍ਰਿਤਸਰ ਤੋਂ ਚੋਣ ਵੀ ਲੜ ਰਹੇ ਹੋ, ਬੀਜੇਪੀ ਫਿਰ ਸਰਕਾਰ ਆਊਗੀ, ਇਹਨੂੰ ਕਰਵਾਓ। ਇੱਕ ਗੁਰਜੀਤ ਔਜਲਾ ਜੀ ਜੋ ਬਿਆਨ ਦਿੰਦੇ ਨੇ ਨਾ, ਉਹ ਕਹਿੰਦੇ ਜੀ ਮੈਂ ਇੱਕ ਇਸ਼ੂ ਟੇਕ ਅਪ ਕੀਤਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਾਧਾਰਨ ਜਿਹਾ ਇਗਜ਼ਾਮਪਲ ਦੇਣਾ, ਗੁਰੂ ਦੇ ਲੰਗਰ ਅਤੇ GST, ਠੀਕ ਹੈ? ਗੁਰਜੀਤ ਔਜਲਾ ਨੇ ਕਿੱਥੇ ਬਿਆਨ ਦਿੱਤਾ ਹੈ ਕਿ
मैं प्रेशर पाया इसलिए उन्होंने ये कहता। तो मैं किसी ने पूछा, मैं क्या उन्होंने ये चीज़ पूछना कि उन्होंने प्रेशर कितने पाया, कहना पार्लियामेंट। मैं कहा पार्लियामेंट के अंदर तो बोलते नहीं, पार्लियामेंट बाहर जरूर नारे लाने। देखो जी, गुरु महाराज के लंगर से GST हटाने वास्ते इनिशिएटिव लिया सीगा अकाली दल ने ते भारतीय जनता पार्टी ने। बीबा जी हरसिमरत कौर ने चिट्ठी लिखी सी, कैबिनेट डिस्कशन हुई सीगी, मैं उत्थे बैठा सीगा ते एक फैसला किया सीगा, क्योंकि ये स्पेशल सिचुएशन है तो कोई तरीका ढूंढिया जाए, क्योंकि GST तो हर एक चीज़ तो लगता है। तो असी कंपनसेटरी मैकेनिज़म किया, गुरजीत औजले नूं ये गल समझ भी नहीं आ सकती अगर कोशिश भी करे तो उसने कुछ नहीं किया। हुण पवित्र स्थान की होंदा है, हैरीटेज सिटी की होंदा है, रिलीजियस सिटी की होंदा है, मेरा विजन डॉक्यूमेंट पढ़ लेना। अगर MP जिहड़ा लोकसभा विच अमृतसर तो इलेक्ट किया एक उस पार्टी का हैगा जिस पार्टी दिल्ली सरकार है, सारे ये काम आसान हो जाने ने। मैं जिहड़ा पैसा भेजदा रहा शहरी विकास के वास्ते इत्थे, क्योंकि इन्हां कोल कपैसिटी नहीं हैगी, इन्हां दी म्युनिसिपैलिटीआं बड़ियां कमज़ोर ने, ये लोकल टैक्सेस रेज़ नहीं कर सकते, तो दिल्ली जो पैसा आया उस इस्तेमाल नहीं कर सकते। पर मैनू पूरी उम्मीद है कि दिल्ली मोदी जी की सरकार आएगी, इसलिए 19 मई को जो लोग वोट करन जाएंगे वो सिर्फ अमृतसर दे नो कौन रिप्रजेंट करेगा लोकसभा उदे वास्ते सिर्फ ना वोट करन, अगली जी 5 साल सरकार बनानी उदे वास्ते। तुसीं बीबा हरसिमरत की गल की सी, जां आपां सुखबीर बादल जी ते प्रकाश सिंह बादल की गल की है, 10 साल का राजभाग भोग गया, ਤੁਹਾਡੇ ਨਾਲ ਭਾਈਵਾਲ ਪਾਰਟੀ ਹੈਗੀ ਆ, ਇਸ ਟਾਈਮ ਵਿਰੋਧਤਾ ਦੀ ਗੱਲ ਕਰ ਰਹੇ ਹੈਗੇ ਆ, ਕਿਤੇ ਨਾ ਕਿਤੇ ਉਹਦੀ ਵਿਰੋਧਤਾ ਹੋ ਰਹੀ ਹੈ, ਗੁਰੂ ਮਹਾਰਾਜ ਦੀਆਂ ਵਿਅਵਧੀਆਂ ਹੋਈਆਂ ਸੀ ਉਸ ਟਾਈਮ ਦੇ ਉੱਤੇ। ਉਹ ਦੇਖੋ ਇਹ ਜਗ੍ਹਾ, ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਅਲੱਗ ਲੈਵਲ 'ਤੇ ਨੇ, ਇਸ ਵਕਤ ਉਹ ਸਰਕਾਰ 'ਚ ਨਹੀਂ ਨੇ। ਅਗਰ ਦੇਖਿਆ ਜਾਏ ਤਾਂ ਉਸ ਵਕਤ ਕਿੰਨੀ ਡਿਵੈਲਪਮੈਂਟ ਹੋਈ ਹੈ, ਮੈਂ ਖੁਦ ਦੇਖੀ ਹੈ, ਬਹੁਤ ਡਿਵੈਲਪਮੈਂਟ ਹੋਈ ਹੈ। ਕੁਛ ਡਿਸਟ੍ਰਿਕਟ 'ਚ ਜ਼ਿਆਦਾ ਹੋਈ ਹੈ, ਕੁਛ ਘੱਟ ਹੋਈ ਹੈ। ਇਸ ਵਕਤ ਆਪਾਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੀ। मैं तुहानू वादा करना कि अमृतसर अगर अमृत गुरु की नगरी का सेवा करने का मैं मौका मिले, अमृतसर की सारी जी इकोनॉमिक सिचुएशन ते अर्बन जी इमेज है ते अर्बन रियालिटी उन्होंने असं बदल देंगे। लास्ट के आप गल करेंगे, पत्थर साहब लेह लद्दाख से गुरद्वारा डांगमार साहब सिलोंग से जिथे कि जी कब्जा करने की कोशिश की गई है, मैं सब जगह क्या सब जगह मैं तुम्हें एक क्रिमिनल एक्ट्स ने क्रिमिनल एक्ट किस तरह रोकया जा सकता है, बिल्कुल रोकया जा सकता है सख्ती इस्तेमाल करके। मैं तुम्हें दसा तुम गुरुद्वारा साहब से असी सारे प्रार्थना करने जाने, मैं दिल्ली विच मिनिस्टर हैगा, जो ये सीलिंग शुरू हुई सुप्रीम कोर्ट के डायरेक्शन से, मैं क्या कि सीलिंग का तो मैं हल ढूंढ सकना। किस तरह कि अगर मान लो कि इतने FIR घट है, पॉलिसी बनानी थोड़ी FIR ज़्यादा दे देंगे तो बिल्डिंग कवर, पर एक चीज़ का असी हल नहीं ढूंढ सकते, वो हैगी इनक्रोचमेंट। ये बड़ी कमी हैगी लोगों में कि वो जिते जगह जमीन खाली पई है उत्थे जाके कब्जा कर लैन, तो ये वास्ते मैं किसी एक नूं दोषी नहीं कहना चाहता। असलियत ये है कि सारे लोग जिते मिलती है, कोई सड़क के विचकार कोई बना लैंदा है धार्मिक स्थान कुछ, इनक्रोचमेंट किसी भी हालत नाल जस्टिफाई नहीं हो सकती। तो तुसी जिहड़े एग्जाम्पल दे रहे हो एक क्रिमिनल इनक्रोचमेंट है, मतलब गुरुद्वारा साहब की जगह है वो जाके कोई कब्जा कर ले उसते या कुछ और कर ले, इसलिए ये दूजी तरीके नाल डील होएगी, ये रिलीजियस इशू नहीं है, ये क्रिमिनल इशू है। किस तरह रोकया जा सकता है? तो बिल्कुल रोकया जाएगा, जी स्टेट गवर्नमेंट कंसर्न हो उन्होंने करना पेगा तो कर रहे हैं, असी सेंट्रल गवर्नमेंट उस पर दबाव देना चाहिए, पर इन पोलिटिकल वो कलर नहीं देना चाहिए। ਤੁਹਾਡੀ ਭਾਈਵਾਲ ਪਾਰਟੀ ਜੀ ਕੇ ਸਾਹਿਬ ਇਸ ਟਾਈਮ ਇੱਥੇ ਬੈਠੇ ਹੈਗੇ ਆ ਸਲੋਂਗ ਦੇ ਵਿੱਚ, ਹਰ ਇੱਕ ਥਾਂ ਉੱਥੇ ਪਹੁੰਚਦੇ ਸੀ, ਇਸ ਟਾਈਮ ਤੁਹਾਡੇ ਨਾਲ ਵੀ ਬੈਠੇ ਹੈਗੇ ਆ, ਉਹਨਾਂ ਆਵਾਜ਼ ਵੀ ਚੱਕੀ ਸੀ। ਤਾਂ ਅਸੀਂ ਸਾਰਿਆਂ ਨੇ ਆਵਾਜ਼ ਦਿੱਤੀ, ਕ੍ਰਿਮੀਨਲ ਐਕਟ ਨੂੰ ਰੋਕਣਾ ਪਏਗਾ, ਜਿਹਨੇ ਵੀ ਕੀਤਾ ਜਿਹਨੇ ਵੀ ਗਲਤੀ ਕੀਤੀ ਹੈ ਉਹਦੇ ਖਿਲਾਫ਼ ਕਾਰਵਾਈ ਕਰਨੀ ਪਏਗੀ। ਬਿਲਕੁਲ, ਲਾਸਟ ਵਿੱਚ ਕੀ ਕਹਿਣਾ ਚਾਹੋਗੇ ਅਕਾਲ ਚੈਨਲ ਦੇ ਮਾਧਿਅਮ ਤੁਹਾਨੂੰ? ਮੈਂ ਸਿਰਫ ਤੁਹਾਨੂੰ ਮੁਬਾਰਕ ਦੇਣਾ ਚਾਹੁੰਦਾ, ਮੈਂ ਆਪਣੇ ਬੜੇ ਸਾਲ ਆਪਣੀ ਜ਼ਿੰਦਗੀ ਦੇ ਦੂਜੇ ਪ੍ਰੋਫੈਸ਼ਨ ਡਿਪਲੋਮੇਸੀ 'ਚ ਸਪੈਂਡ ਕੀਤੇ ਨੇ, मेरी पोस्टिंग लंडन रही है, अमेरिका रही है, यूरोप रही है, तुसी जो साड़ी कम्युनिटी इशूज़ है जिहड़ी साड़ी ओवरसीज़ पॉपुलेशन है उन्होंने चंगी तरह इनफॉर्म करते जाओ। तो अपनी हुण मैं सैल्फिश गल थोड़ी कर लाँ कि मैं अकाली दल ते भारतीय जनता पार्टी का सांझा कैंडीडेट हाँ अमृतसर तो, ते जो भी थोड़े थ्रू ये प्रोग्राम देखेंगे उन्होंने मैं बेनती करांगा
कि अपने परिवार अपने मित्रों जो अमृतसर रहते हैं उन्होंने कहन कि श्रीमानी अकाली दल तो भारतीय जनता पार्टी के सांझे कैंडीडेट वास्ते वोट करन ते दिल्ली च पांच साल वास्ते मजबूत मोदी जी की सरकार बना। बिल्कुल जी सन हरदीप सिंह पुरी जी जी केंद्र के मंत्री साहबान हैं तो इस टाइम के उत्ते अमृतसर के लोग सभा के इलैक्शन लड़न जा रहे हैं। गुरजीत सिंह औजला बारे भी गलबात की थी, कह रहे हैं कि गल्लां बातां करते हैं पर झूठियां होंदियां। वेखदे आ आने जिहड़े पांच साल अकाली भाजपा सरकार तो हरदीप सिंह पुरी तो दूजे पासे गुरजीत सिंह औजला है किहड़े बाजी मारदे है किहड़ी सरकार केंद्र दे विच आउंदी आ। 18 तरीक नूं वोटिंग होनी आ, 23 तरीक नूं फैसला हैगा वा, लोग फतवा जारी होना, लोग फतवे दे नाल ही सरकारां बणदियां, लोग फतवा किस दे हक विच जांदा वा। 23 तरीक तक उडीक करनी पऊगी। हरदीप सिंह पुरी का फिर दोबारा धन्यवाद करते हैं टाइम देने वास्ते। वाहेगुरू जी का खालसा, वाहेगुरू जी की फतेह।